पंजाब का एक जिला पठानकोट ऐसा भी है जहां पर धान की पराली जलाने के ना के बराबर मामले सामने आते हैं। इस बार भी पराली जलाने के सिर्फ 3 मामले रिपोर्ट किए गए हैं। पठानकोट में पराली जलाने का प्रदूषण नहीं होता है, इसके लिए डिप्टी कमिश्नर पठानकोट और उनकी टीमों द्वारा दिन रात यत्न किए जा रहे हैं। डिप्टी कमिश्नर पठानकोट का कहना है कि उनके द्वारा अभी भी दिन रात मॉनिटरिंग की जा रही है ताकि कोई भी किसान धान की पराली को ना जलाए, और किसानों द्वारा भी प्रशासन का सहयोग किया जा रहा है। जहां एक तरफ पंजाब के कई जिलों से पराली जलाने के बहुत से मामले जो है वो सामने आ रहे हैं, लेकिन कई जिलों में तो किसान और प्रशासन की टीमों के बीच में भी विरोध हुआ है। इसी बीच पंजाब का पठानकोट जिला ऐसा है जहां पर हर साल पराली जलाने के ना के बराबर मामले जो हैं वो सामने आते हैं। इस बार भी पराली जलाने के केवल 2 मामले रिपोर्ट किए गए। पठानकोट में 3 विधानसभा हल्के हैं और ज्यादातर इलाका बॉर्डर से सटा हुआ ग्रामीण इलाका, परंतु फिर भी किसानों और प्रशासन के बीच में ऐसा तालमेल है कि किसान भाईचारा प्रशासन के साथ मिलकर पराली जलाने की समस्या से निपटता है। बॉर्डर इलाके में बसने वाले गुज्जर समाज के लोग पराली को पशुओं के चारे के लिए इस्तेमाल करते हैं, लेकिन इसके अलावा जो भी पराली बच जाती है उसको पूरे साल के लिए स्टोर करके पशुओं के चारे के लिए रखा जाता है। प्रशासन की टीमें लगातार इस काम में जुट रहती हैं। पराली जलाने की समस्या से निपटने के लिए पठानकोट को 67 जोनों में बांटा गया है और प्रशासन और पुलिस की टीमें दिन रात इलाके की मॉनिटरिंग कर रही है। आपको दिखाते हैं संवाददाता लक्की सरोज की रिपोर्ट। ਪਠਾਨਕੋਟ ਵਿੱਚ ਸਾਡੇ ਜੇ ਆਫੀਸ਼ਲੀ ਅੰਕੜੇ ਤਾਂ 3 ਹੈਗੇ ਆ, ਪਰ ਉਹਨਾਂ 'ਚੋਂ ਜੇ ਦੇਖਿਆ ਜਾਏ ਸਿਰਫ 2 ਹੈਗੇ ਆ। ਜਿਹੜਾ 1 ਅੰਕੜਾ ਕਿਹਾ ਗਿਆ ਹੈਗਾ ਉਹ ਲੋਕਾਂ ਨੇ ਕਿਸੇ ਨੇ ਸ਼ਾਇਦ ਝਾੜ ਫੂਸ ਨੂੰ ਅੱਗ ਲਗਾਈ ਸੀ, ਖੇਤਾਂ ਨੂੰ ਨਹੀਂ ਲਗਾਈ ਸੀ। ਔਰ ਜਿਹੜੇ 2 ਵੀ ਹੈਗੇ ਆ ਉਹ ਸ਼ਾਇਦ ਇਨਐਡਵਰਟੈਂਟਲੀ ਸਬੱਬ ਨਾਲ ਗਲਤੀ ਨਾਲ ਲੱਗ ਗਏ ਸੀਗੇ, ਔਰ ਜਦੋਂ ਪਿੰਡ ਦੇ ਸਰਪੰਚ ਨੂੰ ਪਤਾ ਚੱਲਿਆ ਉਹ ਅੱਗ ਜਾ ਕੇ ਅੱਗ ਨੂੰ ਬੁਝਾ ਰਿਹਾ। ਇਹਦੇ 'ਚ ਮੈਂ ਕਹਿਣਾ ਚਾਹੂੰਗਾ ਕਿ ਐਫਰਟ ਕੀ ਲੱਗੀ ਹੈ ਕਿ ਐਫਰਟ ਸਾਡੀ ਇਹ ਸਾਰਾ ਸਾਲ ਚੱਲਦੀ ਰਹਿੰਦੀ ਹੈ, ਔਰ ਖਾਸ ਕਰ ਜਿਹੜੇ ਪਿਛਲੇ 2 ਮਹੀਨੇ 2.5 ਮਹੀਨੇ ਹੈ ਇਹਨਾਂ 'ਚ ਸਾਡਾ ਜ਼ੋਰ ਜ਼ਿਆਦਾ ਲੱਗਦਾ ਹੈ। ਅਸੀਂ ਟਰੈਡੀਸ਼ਨਲ ਮੈਥਡਸ ਔਰ ਮਾਡਰਨ ਦੋਨੋਂ ਯੂਜ਼ ਕਰ ਰਹੇ ਹੈਗੇ ਹਾਂ। ਮੈਂ ਪਠਾਨਕੋਟ ਸ਼ਹਿਰ ਜਿਹੜੇ ਜ਼ਿਲ੍ਹੇ ਦੇ ਫਾਰਮਰਸ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਜੋ ਉਹ ਅਸੀਂ ਗੱਲ ਉਹਨਾਂ ਨੂੰ ਕਹਿ ਰਹੇ ਉਹਨੂੰ ਸੁਣਦੇ ਹਨ, ਔਰ ਇਹ ਟਰੈਡੀਸ਼ਨਲੀ ਲੋਕ ਜਿਹੜੇ ਹੈਗੇ ਆ ਮਾਡਰਨ ਤਰੀਕੇ ਨਾਲ ਖੇਤੀ ਕਰਦੇ ਹਨ, ਔਰ ਇਹਨਾਂ ਨੇ ਸ਼ੁਰੂ ਤੋਂ ਹੀ ਪਰਾਲੀ ਜਿਹੜੀ ਜਲਾਉਣ ਦੀ ਇਹ ਕੁਪ੍ਰਥਾ ਹੈਗੀ ਆ ਉਹ ਤੋਂ ਮੂੰਹ ਮੋੜ ਲਿਆ ਹੈ, ਔਰ ਇਹ ਗੱਲ ਸਾਰੇ ਫਾਰਮਰਸ ਪਠਾਨਕੋਟ ਦੇ ਸਮਝਦੇ ਹਨ। ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ। ਮੈਥਡਸ ਲਈ ਅਸੀਂ ਜਿੱਦਾਂ ਨੋਰਮਲ ਜਿਹੜੇ ਮੇਲੇ ਲੱਗ ਰਹੇ ਹਾਂ ਉਹ ਤਾਂ ਉਸ ਤੋਂ ਇਲਾਵਾ ਸਾਡੇ ਉਹ ਤਾਂ ਕਰ ਹੀ ਰਹੇ ਹੈਗੇ ਹਾਂ, ਪਰ ਇਸ ਤੋਂ ਇਲਾਵਾ ਅਸੀਂ ਆਪਣੇ ਜ਼ਿਲ੍ਹੇ ਨੂੰ 67 ਜ਼ੋਨ 'ਚ ਡਿਵਾਈਡ ਕੀਤਾ ਹੈ। ਹਰ ਜ਼ੋਨ ਦੇ ਇੱਕ ਆਫ ਜਿਹੜੇ ਹੈਗੇ ਆ ਇੱਕ ਟੀਮ ਆਫਿਸਰ ਇੰਚਾਰਜ ਹੈਗੇ ਆ, ਔਰ ਕੁਛ ਦਿਨਾਂ ਤੋਂ ਅਸੀਂ ਇਸ ਦੇ ਨਾਲ ਨਾਲ ਜਿਹੜੇ ਸਾਡੇ ਪੁਲਿਸ ਕਾਊਂਟਰਪਾਰਟ ਆ ਮੈਂ SSP ਸਾਹਿਬ ਨਾਲ ਮਿਲ ਕੇ ਅਸੀਂ ਪੁਲਿਸ ਦੇ ਵੀ ਜਿਹੜੇ ਹੈਗੇ ਆ ਇੰਪਲੋਈਜ਼ ਉਹ ਨਾਲ ਲਗਾ ਕੇ ਇਕੱਠੇ ਜੁਆਇੰਟ ਟੀਮਸ ਬਣਾ ਦਿੱਤੀਆਂ ਗਈਆਂ, ਔਰ ਇਹ ਜਿਹੜੀਆਂ ਦੀ ਟੀਮਸ ਹੈਗੀਆਂ ਇਹ ਡਿਟਰੈਂਸ ਤੋਂ ਜ਼ਿਆਦਾ ਜਿਹੜੀਆਂ IAC ਐਕਟੀਵਿਟੀਜ਼ ਕਰ ਰਹੀਆਂ ਹਨ, ਲੋਕਾਂ 'ਚ ਜਾ ਕੇ ਵਿਚਰਦੇ ਹਨ, ਸਮਝਾਉਂਦੇ ਹਨ, ਦੱਸਦੇ ਹਨ ਔਰ ਕਿ ਇਹ ਨਾ ਕੰਮ ਕਰੋ। ਸਾਡੇ ਜਿਹੜਾ ਹੈ ਇੱਕ ਜਿਹੜਾ ਇਨੋਵੇਸ਼ਨ ਕੀਤੀ ਅਸੀਂ ਇਹ ਕਿ ਸਾਡੇ ਜ਼ਿਆਦਾ ਪਰਾਲੀ ਜਿਹੜੀ ਹੈ ਗੁੱਜਰ ਭਾਈਚਾਰਾ ਚੱਕ ਲੈਂਦਾ ਹੈ, ਸੋ ਅਸੀਂ ਇਹਨਾਂ ਦੇ ਜਿਹੜੇ ਮੋਹਤਬਰ ਬੰਦੇ ਆ ਲੀਡਰਸ ਆ ਉਹਨਾਂ ਨੂੰ ਮੈਂ ਬੁਲਾ ਕੇ ਮੀਟਿੰਗ ਕੀਤੀ ਸੀ ਲਾਸਟ ਮੰਥ, ਔਰ ਸਭ ਨੂੰ ਪ੍ਰੇਰਿਆ ਸੀਗਾ ਕਿ ਤੁਸੀਂ ਜਿਹੜਾ ਹੈਗਾ ਵੱਧ ਤੋਂ ਵੱਧ ਇਸ ਵਾਰ ਪਰਾਲੀ ਚੁੱਕੋ, ਔਰ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀਗੀ ਔਰ ਇਹ ਕੰਮ ਕੀਤਾ ਵੀ ਹੈਗਾ। ਸੋ ਉਹ ਜਿਹੜੀ ਸਾਡੀ ਹੈਗੀ ਆ ਐਕਸੀਟਿਵ ਮੈਨੇਜਮੈਂਟ ਉਹ ਕਾਫੀ ਚੰਗੀ ਰਹੀ ਹੈਗੀ ਆ, ਔਰ ਲੋਕ ਜਿਹੜੀ ਸਾਡੇ ਲੋਕਲ ਇੱਥੇ ਇੱਕ ਇੰਡਸਟਰੀ ਹੈ ਅਸੀਂ ਉਹਨਾਂ ਨਾਲ ਟਾਈ ਅਪ ਕਰਵਾ ਕੇ ਔਰ ਆਲਮੋਸਟ 1 ਲੱਖ ਮੈਗਾ ਟਨ ਜਿਹੜੀ 1 ਲੱਖ ਮੈਟ੍ਰਿਕ ਟਨ ਜਿਹੜੀ ਹੈਗੀ ਆ ਪਰਾਲੀ ਉਹ ਫੈਕਟਰੀ ਨੂੰ ਦਵਾ ਰਹੇ ਹੈਗੇ ਆ, ਉਹਨਾਂ ਦਾ ਅਸੀਂ ਸਟੋਰੇਜ ਏਰੀਆ ਵਧਾਇਆ ਹੈ। ਸੋ ਇਹ ਸਾਰੀਆਂ ਗੱਲਾਂ ਕਰਕੇ ਪਲੱਸ ਸਾਡੀ ਇੱਕ ਯੂਟਿਊਬ ਚੈਨਲ ਹੈ ਜਿਹਦੇ 'ਚ ਅਸੀਂ ਇਹ ਸਾਰੀਆਂ ਗੱਲਾਂ ਨੂੰ ਲੋਕਾਂ ਨੂੰ ਸਿੱਧੇ ਜਿਹੜੇ ਪੜ੍ਹੇ ਲਿਖੇ ਫਾਰਮਰਸ ਹੈ ਉਹਨਾਂ ਤੱਕ ਪਹੁੰਚਾਉਂਦੇ ਹਾਂ। ਇਹ ਯੂਟਿਊਬ ਜਿਹੜੀ ਸਾਡੀ ਚੈਨਲ ਹੈ ਉਹਦੇ ਆਲਮੋਸਟ ਸਾਡੀਆਂ ਮੋਰ ਦੈਨ 1 ਲੱਖ ਜਿਹੜੇ ਹੈਗੇ ਆ ਵਿਊਜ਼ ਹੋ ਚੁੱਕੇ ਆ। ਤੋ ਟਰੈਡੀਸ਼ਨਲ ਤਰੀਕੇ ਨਾਲ ਲੋਕਾਂ 'ਚ ਵਿਚਰ ਕੇ ਅਤੇ ਮਾਡਰਨ ਤਰੀਕੇ ਨਾਲ ਜਿਹੜੀ ਸਾਡੀ ਯੂਟਿਊਬ ਚੈਨਲ ਹੈਗੀ ਆ ਉਹਦੇ 'ਚ ਅਸੀਂ ਸਕਸੈਸ ਸਟੋਰੀਜ਼ ਪਾ ਕੇ ਪਲੱਸ ਔਨ ਫੀਲਡ ਇਨ ਫੀਲਡ ਆਪਣੇ ਟੀਮਸ ਨੂੰ ਭੇਜ ਕੇ ਇਹ ਸਾਡੀ 3-prong ਸਟ੍ਰੈਟੇਜੀ ਰਹੀ ਹੈ ਕਿ ਅਸੀਂ ਇਸ ਜ਼ਿਲ੍ਹੇ ਨੂੰ ਇੱਦਾਂ ਹੀ ਰੱਖੀਏ ਜਿੱਦਾਂ ਪਹਿਲਾਂ ਚੱਲਦਾ ਆ ਰਿਹਾ। ਔਰ ਮੈਂ ਲੋਕਾਂ ਦਾ ਫਾਰਮਰਸ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਇਸ ਸੁਨੇਹੇ ਨੂੰ ਸੁਣਿਆ ਹੈ ਔਰ ਪਠਾਨਕੋਟ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਹੈ। तारू शाह ज्वेलर्स एक मात्र दुकान जहां आपको हर तरह की ज्वेलरी यहां पर मिलेगी। पिछले 45 सालों से बना हुआ है लोगों का विश्वास। 100% शुद्धता के साथ पाएं हर प्रकार के गहने। तारू शाह ज्वेलर्स कठुई बाजार सुजानपुर। नीचे दिए हुए नंबरों पर भी आप संपर्क कर सकते हैं।